ਗੁਰਦਾਸਪੁਰ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ। ਅਸੀਂ ਪਹੁੰਚ ਚੁੱਕੇ ਹਾਂ ਜੀ ਸਾਰੇ ਗੁਰਦਾਸਪੁਰ ਨੌਜਵਾਨਾਂ ਦਾ ਉਤਸ਼ਾਹ ਦੇਖ ਕੇ ਦਿਲ ਨੂੰ ਇੰਨੀ ਖੁਸ਼ੀ ਹੁੰਦੀ ਹੈ। ਇਹ ਜੋਸ਼ ਹੈ ਜਿਹੜਾ ਜਦ ਤੱਕ ਸਾਡੇ ਹੱਕ ਸਾਨੂੰ ਮਿਲਦੇ ਨਹੀਂ ਉਦਾਂ ਹੀ ਬਰਕਰਾਰ ਰਹੂਗਾ। ਜਵਾਨੀ ਜਾਗ ਚੁੱਕੀ ਹੈ। ਮੈਂ ਹਲੇ ਵੀ ਬੇਨਤੀ ਕਰਦਾ, ਵਾਰ ਵਾਰ ਮੈਂ ਬੇਨਤੀ ਤਾਂ ਕਰਦਾ ਕਿ ਜੇ ਤੁਸੀਂ ਕੋਈ ਹੀਲਾ ਵਸੀਲਾ ਕਰ ਸਕਦੇ ਹੋ ਇਹਨਾਂ ਬਿੱਲਾਂ ਨੂੰ ਵਾਪਸ ਲੈ ਲਓ ਤਾਂ ਜੋ ਸ਼ਾਂਤੀਪੂਰਵਕ ਆਪਾਂ ਆਪਦੇ ਕੰਮੀਕਾਰੀ ਲੱਗੀਏ। ਨਹੀਂ ਸਾਨੂੰ ਡਟ ਕੇ ਤੁਹਾਡਾ ਵਿਰੋਧ ਤੋਂ ਵੀ ਅੱਗੇ ਵਾਲੀ ਚੀਜ਼ ਜੇ ਕਰਨੀ ਪਈ ਉਹ ਵੀ ਕਰਾਂਗੇ। ਗੁਰਦਾਸਪੁਰ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ। ਅਸੀਂ ਪਹੁੰਚ ਚੁੱਕੇ ਹਾਂ ਜੀ ਸਾਰੇ ਗੁਰਦਾਸਪੁਰ ਨੌਜਵਾਨਾਂ ਦਾ ਉਤਸ਼ਾਹ ਦੇਖ ਕੇ ਦਿਲ ਨੂੰ ਇੰਨੀ ਖੁਸ਼ੀ ਹੁੰਦੀ ਹੈ। ਇਹ ਜੋਸ਼ ਹੈ ਜਿਹੜਾ ਜਦ ਤੱਕ ਸਾਡੇ ਹੱਕ ਸਾਨੂੰ ਮਿਲਦੇ ਨਹੀਂ ਉਦਾਂ ਹੀ ਬਰਕਰਾਰ ਰਹੂਗਾ। ਜਵਾਨੀ ਜਾਗ ਚੁੱਕੀ ਹੈ। ਮੈਂ ਹਲੇ ਵੀ ਬੇਨਤੀ ਕਰਦਾ, ਵਾਰ ਵਾਰ ਮੈਂ ਬੇਨਤੀ ਤਾਂ ਕਰਦਾ ਕਿ ਜੇ ਤੁਸੀਂ ਕੋਈ ਹੀਲਾ ਵਸੀਲਾ ਕਰ ਸਕਦੇ ਹੋ ਇਹਨਾਂ ਬਿੱਲਾਂ ਨੂੰ ਵਾਪਸ ਲੈ ਲਓ ਤਾਂ ਜੋ ਸ਼ਾਂਤੀਪੂਰਵਕ ਆਪਾਂ ਆਪਦੇ ਕੰਮੀਕਾਰੀ ਲੱਗੀਏ। ਨਹੀਂ ਸਾਨੂੰ ਡਟ ਕੇ ਤੁਹਾਡਾ ਵਿਰੋਧ ਤੋਂ ਵੀ ਅੱਗੇ ਵਾਲੀ ਚੀਜ਼ ਜੇ ਕਰਨੀ ਪਈ ਉਹ ਵੀ ਕਰਾਂਗੇ। Subscribe now and press the bell icon and never miss an update from Oops TV.